ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਆਪਣੇ ਯੂਟਿਊਬ ਚੈਨਲ ਦਿਲਜੋਤ ਪਰਮਾਰ। ਦੋਸਤੋ, ਅੱਜ ਦੀ ਵੀਡੀਓ 'ਚ ਅਸੀਂ ਲੈ ਕੇ ਆਏ ਹਾਂ ਜੀ 9ਵੀਂ ਕਲਾਸ ਦਾ SST ਦਾ ਪੇਪਰ, ਜੋ ਕਿ ਤੁਹਾਨੂੰ ਇੰਗਲਿਸ਼ ਮੀਡੀਅਮ 'ਚ ਵੀ ਅਸੀਂ ਦਿਖਾਵਾਂਗੇ ਫੁੱਲੀ ਸੋਲਵਡ, ਪੰਜਾਬੀ ਮੀਡੀਅਮ 'ਚ ਫੁੱਲੀ ਸੋਲਵ ਦਿਖਾਵਾਂਗੇ। ਤੁਹਾਨੂੰ ਟਾਈਮ ਲੈਪਸ ਮਿਲ ਜੂਗੀ ਕਿ ਕਦੋਂ ਇੰਗਲਿਸ਼ ਮੀਡੀਅਮ ਦਾ ਸੋਲਵ ਹੋਣਾ ਵਾ, ਸੋ ਉਸ ਵੇਲੇ ਤੁਸੀਂ ਚੱਲ ਜਿਓ, ਠੀਕ ਹੈ। ਹੁਣ ਆਪਾਂ ਕਰਦੇ ਹਾਂ ਜੀ ਪਹਿਲਾਂ ਪੰਜਾਬੀ ਮੀਡੀਅਮ ਦਾ ਸੋਲਵ, ਅਤੇ ਤੁਹਾਨੂੰ ਟਾਈਮ ਲੈਪਸ 'ਚ ਦੱਸ ਦਾਂਗੇ ਕਦੋਂ ਆਪਾਂ ਇੰਗਲਿਸ਼ ਮੀਡੀਅਮ ਦਾ ਸੋਲਵ ਕਰਨਾ, ਤਾਂ ਇੰਗਲਿਸ਼ ਮੀਡੀਅਮ ਵਾਲੇ ਉਸ ਵੇਲੇ ਚੱਲ ਜਿਓ, ਠੀਕ ਹੈ। ਸੋ ਟਰਮ 2 2023 2024 80 ਨੰਬਰਾਂ ਦਾ ਤੁਹਾਡਾ ਪੇਪਰ ਹੋਊਗਾ, 3 ਘੰਟੇ ਹੋਣਗੇ ਤੁਹਾਨੂੰ ਜੀ। ਸੋ ਚਲੋ ਛੇਤੀ ਛੇਤੀ ਕਰਦੇ ਹਾਂ, ਅਤੇ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਹੇਠ ਲਿਖੀਆਂ ਵਿੱਚੋਂ ਕਿਹੜੇ ਮੈਦਾਨੀ ਭਾਗ ਨਹੀਂ ਆ? ਸੋ ਇਹਦੇ ਵਿੱਚੋਂ ਹੈਗਾ ਜੀ ਕਿਆਲ, ਠੀਕ ਹੈ। ਸੋ ਨੈਕਸਟ ਦੇਖਦੇ ਹਾਂ, ਨੈਕਸਟ ਹੈਗਾ ਜੀ ਭਾਰਤ ਵਿੱਚ ਅਧਿਆਤਮਕ ਵਰਖਾ ਵਾਲਾ ਸ਼ਹਿਰ ਕਿਹੜਾ ਵਾ, ਠੀਕ ਹੈ। ਸੋ ਇਹਦਾ ਆਂਸਰ ਆ ਜੂ ਜੀ ਮਸੀਨਰਮ, ਠੀਕ ਹੈ। ਸੋ ਨੈਕਸਟ ਆ ਜੂ ਜੀ ਆਰਥਿਕ ਕਿਰਿਆ ਜਿਹੜੀ ਵਸਤੂਆਂ ਅਤੇ ਸੇਵਾਵਾਂ ਅਤੇ ਮੁੱਲ ਉਪਭੋਗਤਾ ਦੇ ਵਾਧੇ ਨਾਲ ਜੁੜੀ ਹੁੰਦੀ ਆ, ਠੀਕ ਹੈ। ਸੋ ਕੀ ਹੋਏਗਾ ਜੀ ਇਹਦਾ ਆਂਸਰ ਹੈਗਾ ਜੀ ਉਤਪਾਦਨ। ਨੈਕਸਟ ਦੇਖਦੇ ਹਾਂ ਜੀ ਖੇਤੀਬਾੜੀ ਵਿੱਚ ਅਰਥ ਵਿਵਸਥਾ ਕਿਸ ਖੇਤਰ ਦੀ ਉਦਾਹਰਣ ਆ? ਸੋ ਇਹਦਾ ਆਂਸਰ ਹੈਗਾ ਜੀ ਮੁੱਢਲਾ, ਠੀਕ ਹੈ। ਸੋ ਹੁਣ ਕਰਦੇ ਹਾਂ ਜੀ ਨੈਕਸਟ, ਨੈਕਸਟ ਹੈਗਾ ਜੀ ਭਾਰਤ ਵਿੱਚ ਸਭ ਤੋਂ ਜ਼ਿਆਦਾ ਗਰੀਬੀ ਕਿਹੜੇ ਰਾਜ 'ਚ ਆ, ਠੀਕ ਹੈ। ਸੋ ਕਿਹੜੇ ਰਾਜ 'ਚ ਆ ਜੀ? ਬਿਹਾਰ 'ਚ। ਨੈਕਸਟ ਦੇਖਦੇ ਹਾਂ, ਡੈਸ਼ ਅਨਸੁਰੱਖਿਆ ਦਾ ਇੱਕ ਸੂਚਕ ਹੈ, ਠੀਕ ਹੈ। ਸੋ ਕੀ ਆ ਜੀ? ਭੁੱਖ, ਠੀਕ ਹੈ। ਸੋ ਨੈਕਸਟ ਦੇਖਦੇ ਹਾਂ, ਅਤੇ ਨੈਕਸਟ ਆ ਜੂ ਜੀ ਜਜ਼ੀਆ ਕੀ ਆ ਜੀ? ਜਜ਼ੀਆ ਇੱਕ ਸੀਗਾ ਜੀ ਧਾਰਮਿਕ ਕਰ, ਜੋ ਕਿ ਮੁਸਲਮਾਨ ਰਹਿੰਦੇ ਸੀ ਗੈਰ ਮੁਸਲਮਾਨਾਂ ਕੋ, ਮਤਲਬ ਹਿੰਦੂ ਸਿੱਖ ਵਗੈਰਾ ਕੋ। ਨੈਕਸਟ ਦੇਖਦੇ ਹਾਂ, ਸ਼੍ਰੀ ਹਰਗੋਬਿੰਦ ਸਿੰਘ ਜੀ ਨੂੰ ਜਹਾਂਗੀਰ ਨੇ ਕਿੱਥੇ ਕੈਦ ਕੀਤਾ, ਠੀਕ ਹੈ। ਇਹ ਕੀਤਾ ਸੀ ਜੀ ਗਵਾਲੀਅਰ 'ਚ। ਸੋ ਹੁਣ ਕਰਦੇ ਹਾਂ ਜੀ ਨੈਕਸਟ, ਨੈਪੋਲੀਅਨ ਨੇ ਆਪਣੇ ਨੂੰ ਫਰਾਂਸ ਦਾ ਰਾਜਾ ਕਦੋਂ ਬਣਾਇਆ, ਠੀਕ ਹੈ। ਨੈਪੋਲੀਅਨ ਨੇ ਆਪਣੇ ਆਪ ਨੂੰ ਫਰਾਂਸ ਦਾ ਰਾਜਾ ਕਦੋਂ ਬਣਾਇਆ ਸੀ? ਸੋ ਇਹਦਾ ਆਂਸਰ ਆ ਜੂ ਜੀ ਆਪਣੇ ਕੋਲ 1804। ਨੈਕਸਟ ਕਰਦੇ ਹਾਂ ਜੀ, ਮੈਨ ਸ਼ਵਿਕ ਸਮੂਹ ਦਾ ਨੇਤਾ ਕੌਣ ਆ, ਠੀਕ ਹੈ। ਸੋ ਕੌਣ ਹੈ ਜੀ? ਟਰੋਸ ਟੱਕੀ, ਠੀਕ ਹੈ। ਨੈਕਸਟ ਦੇਖਦੇ ਹਾਂ, ਹੇਠ ਲਿਖੀਆਂ ਵਿੱਚੋਂ ਕਿਸ ਦੇਸ਼ ਨੇ ਦੁਨੀਆ ਦੇ ਦੇਸ਼ਾਂ ਨੂੰ ਸੰਸਦੀ ਲੋਕ ਪ੍ਰਣਾਲੀ ਦਿੱਤੀ, ਠੀਕ ਹੈ। ਸੋ ਇਹਦਾ ਆਂਸਰ ਆਜੂ ਜੀ ਇੰਗਲੈਂਡ, ਅੰਗਰੇਜ਼ਾਂ ਨੇ ਦਿੱਤੀ ਸੀਗੀ। ਅਤੇ ਨੈਕਸਟ ਆਜੂ ਜੀ, ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ, ਠੀਕ ਹੈ। ਸੋ ਇਹਦਾ ਆਂਸਰ ਆਜੂ ਜੀ ਡਾਕਟਰ ਰਜਿੰਦਰ ਪ੍ਰਸਾਦ, ਠੀਕ ਹੈ। ਵਿਧਾਨ ਸਭਾ ਦੇ ਪ੍ਰਧਾਨ ਕੌਣ ਸੀਗੇ? ਰਜਿੰਦਰ ਪ੍ਰਸਾਦ। ਜੇ ਪੁੱਛ ਲਿਆ ਜਾਵੇ ਖਰੜ ਕਮੇਟੀ ਦੇ ਮੌਜੂਦਾ ਪ੍ਰਧਾਨ ਕੌਣ ਸੀਗੇ, ਉਹ ਸੀਗੇ ਜੀ ਆਪਣੇ ਡਾਕਟਰ BR ਅੰਬੇਦਕਰ। ਅਤੇ ਹੁਣ ਕਰਦੇ ਹਾਂ ਜੀ ਆਪਾਂ ਨੈਕਸਟ। ਸੋ ਇਹਦਾ ਆਂਸਰ ਦੇਖ ਲਓ ਜੀ ਖਾਲੀ ਥਾਵਾਂ ਦਾ। ਖਾਲੀ ਥਾਵਾਂ ਦਾ ਪਹਿਲਾ ਹੈਗਾ ਜੀ, ਪੰਜਾਬ ਦੀ ਕੌਮਤਰੀ ਸਰਹੰਦ 6 ਜ਼ਿਲ੍ਹੇ ਪੈਂਦੇ ਹਨ, ਠੀਕ ਹੈ। ਸੋ 6 ਜ਼ਿਲ੍ਹੇ ਪੈਂਦੇ ਆ, ਫਸਟ 'ਤੇ ਆਜੂਗਾ ਜੀ। ਅਤੇ ਨੈਕਸਟ ਆਜੂ ਜੀ ਦੇਸ਼, ਪੰਜਾਬ ਦੇਸ਼ ਦੀ, ਪੰਜਾਬ ਨੂੰ ਦੇਸ਼ ਦੀ ਡੈਸ਼ ਵਜੋਂ ਵੀ ਜਾਣਿਆ ਜਾਂਦਾ ਹੈ, ਠੀਕ ਹੈ। ਸੋ ਇਹਦਾ ਆਂਸਰ ਆਜੂਗਾ ਜੀ। ਸੋ ਇੱਥੇ ਆ ਰਿਹਾ ਜੀ ਪੰਜ ਦਰਿਆਵਾਂ ਦੀ ਧਰਤੀ। ਅਤੇ ਨੈਕਸਟ ਆਜੂ ਪੈਂਟਾ ਦਾ ਅਰਥ ਕੀ ਆ ਜੀ, ਠੀਕ ਹੈ। ਸੋ ਪੈਟਾ ਪੋਟਮੀਆਂ ਦਾ ਅਰਥ ਕੀ ਆ ਜੀ? ਪੈਂਟਾ ਦਾ ਅਰਥ ਹੈਗਾ ਜੀ ਪੰਜ, ਅਤੇ ਪਟਮੀਆਂ ਦਾ ਹੈਗਾ ਜੀ ਪੰਜ ਦਰਿਆਵਾਂ ਦੀ ਧਰਤੀ। ਕੀ ਹੋ ਜੂਗਾ ਜੀ? ਇੱਥੇ ਆਜੂਗਾ ਜੀ ਦਰਿਆ, ਠੀਕ ਹੈ, ਨਦੀ, ਠੀਕ ਹੈ। ਨੈਕਸਟ ਕਰਦੇ ਹਾਂ ਜੀ, ਇਹ ਦਿੱਤਾ ਸੀ ਯੂਨਾਨੀਆਂ ਨੇ ਸ਼ਾਇਦ ਨਾਮ ਪੰਜਾਬ ਨੂੰ। ਅਤੇ ਨੈਕਸਟ ਆ ਜੀ, ਚੋਲ ਰਾਜਿਆਂ ਦੇ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਖਾਈ ਕੀ ਸੀਗੀ, ਠੀਕ ਹੈ। ਸੋ ਉਹਨੂੰ ਕਹਿੰਦੇ ਜੀ ਔਰ। ਨੈਕਸਟ ਦੇਖਦੇ ਹਾਂ, ਨੈਕਸਟ ਹੈਗਾ ਜੀ ਸਹੀ ਗਲਤ, ਰਾਵੀ ਬਿਆਸ ਅਤੇ ਸਤਲੁਜ ਬਿਨਾਂ ਮਾਨਸੀ ਦਰਿਆ ਹਨ, ਠੀਕ ਹੈ। ਸੋ ਇਹਦਾ ਆਂਸਰ ਦੇਖ ਲੈਂਦੇ ਹਾਂ। ਇਹਦਾ ਆਂਸਰ ਆਜੂ ਜੀ ਆਪਣਾ ਰਾਈਟ। ਅਤੇ ਨੈਕਸਟ ਆਜੂ ਜੀ, ਪਿੰਡਾਂ ਵਿੱਚ ਪੜ੍ਹੀ ਲਿਖੀ ਬੇਰੁਜ਼ਗਾਰੀ ਜ਼ਿਆਦਾ ਹੁੰਦੀ ਆ, ਠੀਕ ਹੈ। ਸੋ ਇਹਦਾ ਆਂਸਰ ਹੈਗਾ ਜੀ ਗਲਤ। ਸੋ ਨੈਕਸਟ ਦੇਖਦੇ ਹਾਂ, ਸੋਸ਼ਲ ਕੰਟਰੈਕਟ ਪੁਸਤਕ ਲੇਖਕ ਐਡਮ ਸਮਿਥ ਹੈ। ਸੋ ਇਹਦਾ ਆਂਸਰ ਹੈਗਾ ਜੀ ਗਲਤ। ਨੈਕਸਟ ਹੈਗਾ ਜੀ, ਸੰਵਿਧਾਨ ਵਿੱਚ ਸਮਾਜਵਾਦੀ ਧਰਮ ਨਿਰਪੇਖ ਖੰਡਤਾ ਸ਼ਬਦ 92 ਸੋਧ ਰਾਹੀਂ ਕੀਤੇ ਗਏ, ਇਹਦਾ ਆਂਸਰ ਆਜੂ ਜੀ ਸਹੀ। ਨੈਕਸਟ ਆਜੂ ਜੀ,
ਹੇਠ ਲਿਖਿਆਂ ਦੇ ਆਪਾਂ ਨੂੰ ਛੇਤੀ ਤੋਂ ਛੇਤੀ ਆਂਸਰ ਦੇਣੇ ਆ। ਸੋ ਪਹਿਲਾਂ ਆਪਾਂ ਨੂੰ ਦੇਖ ਲੈਂਦੇ ਹਾਂ ਜੀ ਇਹ ਚਾਰ ਕੁਸ਼ਚਨ ਕਿਹੜੇ ਆ। ਬਿਸਤ ਦੁਆਬ ਵਿੱਚ ਬਿਸਤ ਤੋਂ ਕੀ ਪਾਵ ਹੈ, ਠੀਕ ਹੈ, ਜਿਹੜਾ ਬਿਆਸ ਅਤੇ ਸਤਲੁਜ ਦੇ ਵਿੱਚ ਏਰੀਆ ਉਹਨੂੰ ਕਹਿੰਦੇ ਆ ਬਿਸਤ ਦੁਆਬ। ਗਰੀਬ ਅਤੇ ਰੇਖਾ ਤੋਂ ਕੀ ਭਾਵ ਹੈ, ਡੂਮਾ ਤੋਂ ਕੀ ਸੀ, ਮੌਲਿਕ ਅਧਿਕਾਰ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਅੰਕਿਤ ਕੀਤੇ ਗਏ। ਚਲੋ ਦੇਖਦੇ ਹਾਂ, ਜਿਵੇਂ ਤੁਸੀਂ ਆਂਸਰ ਇਹਦਾ ਦੇ ਸਕਦੇ ਹੋ, ਬਿਸਤ ਤੋਂ ਭਾਵ ਹੈ ਬਿਆਸ ਅਤੇ ਸਤਲੁਜ ਦਰਿਆ ਦੇ ਵਿਚਕਾਰ ਦਾ ਹਿੱਸਾ, ਠੀਕ ਹੈ। ਅਤੇ ਨੈਕਸਟ ਹੈਗਾ ਜੀ, ਜ਼ਿੰਦਗੀ ਦੀਆਂ ਬੇਨਵਾਦੀ ਲੋੜਾਂ ਨੂੰ ਪੂਰਾ ਕਰਨ ਲਈ ਲੋੜੀਂਦੀ ਘੱਟੋ ਘੱਟ ਆਮਦਨ ਮਾਪਣ ਦੀ ਵਿਧੀ ਨੂੰ ਗਰੀਬੀ ਰੇਖਾ ਕਹਿੰਦੇ ਆ। ਡੂਮਾ ਇੱਕ ਤਰ੍ਹਾਂ ਦੀ ਚੁਣੀ ਹੋਈ ਸਲਾਹ ਦੇਣ ਵਾਲੀ ਰੂਸ ਦੀ ਸੰਚਾਕ ਸੀ, ਠੀਕ ਹੈ, ਤੀਜੇ ਭਾਗ ਵਿੱਚ, ਠੀਕ ਹੈ। ਨੈਕਸਟ ਕਰਦੇ ਹਾਂ ਹੁਣ। ਸੋ ਨੈਕਸਟ ਆਜੂ ਜੀ ਆਪਣੇ ਛੋਟੇ ਉੱਤਰਾਂ ਵਾਲੇ ਕੁਸ਼ਚਨ, ਜਿਵੇਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ, ਠੀਕ ਹੈ। ਸੋ ਪਹਿਲਾ ਹੈਗਾ ਜੀ, ਮੌਸਮੀ ਚੋਕ ਕੀ ਹੁੰਦੇ ਆ, ਉਦਾਹਰਣ ਦੇ ਕੇ ਸਪਸ਼ਟ ਕਰੋ, ਜੋ ਕਿ ਤੁਹਾਨੂੰ ਤਿੰਨ ਤਿੰਨ ਨੰਬਰਾਂ ਦੇ ਹੋਣਗੇ। ਪ੍ਰਵਾਸ ਦੇ ਕੀ ਮੁੱਖ ਕਾਰਨ ਹੋ ਸਕਦੇ ਨੇ। ਹਰੀ ਕ੍ਰਾਂਤੀ ਤੋਂ ਕੀ ਭਾਵ ਹੈ, ਇਹ ਕਿਵੇਂ ਸੰਭਵ ਹੋਈ, ਠੀਕ ਹੈ। ਭਾਰਤ ਵਿੱਚ ਗਰੀਬੀ ਦੇ ਤਿੰਨ ਮੁੱਖ ਕਾਰਨ ਕਿਹੜੇ ਹਨ, ਠੀਕ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆ ਬਾਰੇ ਨੋਟ ਲਿਖੋ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਬਾਰੇ ਤਤਕਾਲੀ ਨੋਟ ਲਿਖੋ, ਠੀਕ ਹੈ। ਸੋ ਇਹ ਸ਼ਹੀਦੀ ਬਾਰੇ ਤਾਂ ਬਹੁਤ ਇੰਪੋਰਟੈਂਟ ਹੈ, ਸਾਨੂੰ ਪੱਕੇ ਪੇਪਰਾਂ 'ਚ ਵੀ ਆਇਆ ਸੀ, ਤੁਹਾਨੂੰ ਵੀ ਆਊਗਾ। ਮੰਤਰੀਆਂ ਦੀ ਸਮੂਹਿਕ ਜ਼ਿੰਮੇਵਾਰੀ ਤੋਂ ਕੀ ਭਾਵ ਹੈ, ਠੀਕ ਹੈ। ਸੋ ਇਹ ਹੈਗੇ ਜੀ ਆਪਣੇ ਛੋਟੇ ਕੁਸ਼ਚਨ, ਚਲੋ ਆਪਾਂ ਜਲਦੀ ਤੋਂ ਜਲਦੀ ਇਹਨਾਂ ਦੇ ਆਂਸਰ ਦਈਏ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ, ਮੌਸਮੀ ਚੋਕ ਕੀ ਹੁੰਦੇ ਆ, ਕੁਛ ਨਾਲੇ ਵਰਖਾ ਦੇ ਮੌਸਮ ਵਿੱਚ ਵਹਿਣ ਲੱਗਦੇ ਹਨ, ਜਦੋਂ ਬਰਸਾਤ ਨਹੀਂ ਹੁੰਦੀ ਉਦੋਂ ਖੁਸ਼ਕ ਮੌਸਮ ਹੋਣ ਕਾਰਨ ਇਹਨਾਂ ਵਿੱਚੋਂ ਪਾਣੀ ਸੁੱਕ ਜਾਂਦਾ ਹੈ। ਇਸ ਤਰ੍ਹਾਂ ਦੇ ਚੋਅ ਨੂੰ ਮੌਸਮੀ ਚੋਅ ਕਹਿੰਦੇ ਹਨ। ਰੋਪੜ ਵਿੱਚ ਬਹੁਤ ਜ਼ਿਆਦਾ ਮੌਸਮੀ ਚੋਅ ਪਾਏ ਜਾਂਦੇ ਹਨ, ਠੀਕ ਹੈ। ਸੋ ਹੁਣ ਕਰਦੇ ਹਾਂ ਜੀ ਆਪਾਂ ਨੈਕਸਟ। ਨੈਕਸਟ ਹੈਗਾ ਜੀ, ਪ੍ਰਵਾਸ ਕੀ ਹੁੰਦੇ ਆ, ਠੀਕ ਹੈ। ਪ੍ਰਵਾਸ ਦੇ ਹੇਠ ਲਿਖੇ ਮੁੱਖ ਕਾਰਨ ਹੋ ਸਕਦੇ ਆ, ਖੇਤੀਬਾੜੀ ਕਰਨ ਲਈ ਜ਼ਮੀਨ ਦੀ ਭਾਲ, ਰੁਜ਼ਗਾਰ ਦੀ ਭਾਲ, ਕਮਾਈ ਦੀ ਭਾਲ, ਧੱਕੇ ਨਾਲ ਪ੍ਰਵਾਸ, ਅੱਛੀਆਂ ਸਹੂਲਤਾਂ ਵਾਸਤੇ ਪਿੰਡ ਸ਼ਹਿਰ ਤੋਂ ਪ੍ਰਵਾਸ, ਵਿਆਹ ਕਰਨ ਲਈ ਪ੍ਰਵਾਸ। ਨੈਕਸਟ ਆ ਜੀ, ਹਰੀ ਕ੍ਰਾਂਤੀ ਤੋਂ ਕੀ ਭਾਵ ਹੈ, ਹਰੀ ਕ੍ਰਾਂਤੀ ਦੋ ਸ਼ਬਦਾਂ ਨਾਲ ਮਿਲਿਆ ਅਤੇ ਹਰੀ ਅਤੇ ਕ੍ਰਾਂਤੀ, ਠੀਕ ਹੈ। ਹਰੀ ਦਾ ਅਰਥ ਹੈ ਹਰਿਆਲੀ ਅਤੇ ਕ੍ਰਾਂਤੀ ਦਾ ਅਰਥ ਹੈ ਇੰਨੀ ਤੇਜ਼ੀ ਨਾਲ ਹੋਣ ਵਾਲਾ ਪਰਿਵਰਤਨ ਜੋ ਕਿ ਸਭ ਨੂੰ ਹੈਰਾਨ ਕਰ ਦੇਵੇ। ਇਸ ਸ਼ਬਦ ਦੀ ਪ੍ਰਯੋਗ ਖੇਤੀ ਉਤਪਾਦਨ ਵਿੱਚ ਹੋਣ ਲੱਗੀ, ਠੀਕ ਹੈ। ਭਾਰਤ ਵਿੱਚ ਯੋਜਨਾਵਾਂ ਦੀ ਅਵਧੀ ਦੌਰਾਨ ਆਪਣੇ ਗਏ, ਠੀਕ ਹੈ। ਸੋ 1967 ਅਤੇ 68 ਦੇ ਵਿੱਚ ਇਹ ਹੋਈ ਸੀਗੀ। ਇਹਦੇ ਵਿੱਚ ਚੌਲ ਅਤੇ ਕਣਕ ਦੀ ਖੇਤੀ ਕੀਤੀ ਗਈ ਜਿਹੜੀ ਬਹੁਤ ਜ਼ਿਆਦਾ ਵਧੀ। ਸੋ ਇਸ ਨੂੰ ਕਿਹਾ ਜਾਂਦਾ ਜੀ ਹਰੀ ਕ੍ਰਾਂਤੀ। ਸੋ ਹੁਣ ਕਰਦੇ ਹਾਂ ਜੀ ਨੈਕਸਟ। ਨੈਕਸਟ ਹੈ ਜੀ, ਭਾਰਤ ਵਿੱਚ ਗਰੀਬੀ ਦੇ ਤਿੰਨ ਕਾਰਨ ਕਿਹੜੇ ਹਨ, ਠੀਕ ਹੈ। ਭਾਰਤ ਵਿੱਚ ਗਰੀਬੀ ਦੇ ਕਾਰਨ ਕਿਹੜੇ ਆ, ਪਹਿਲਾ ਤਾਂ ਹੈਗਾ ਜੀ ਆਰਥਿਕ ਵਿਕਾਸ ਵਿੱਚ ਧੀਮੀ ਦਰ, ਠੀਕ ਹੈ। 100 ਸਾਲ ਹੋ ਗਏ ਜੀ ਅੰਗਰੇਜ਼ੀ ਰਾਜ ਰਿਹਾ ਸੀਗਾ, ਅੰਗਰੇਜ਼ੀ ਸਰਕਾਰ ਦੀਆਂ ਨੀਤੀਆਂ ਨੇ ਕੱਪੜਾ ਉਦਯੋਗ, ਘਰੇਲੂ ਛੋਟੇ ਉਦਯੋਗ ਸਾਰੇ ਖਤਮ ਕਰਤੇ ਸੀਗੇ, ਠੀਕ ਹੈ। ਸੋ ਇਹ ਕਰਕੇ ਜੀ ਗਰੀਬੀ ਵਧੀ, ਭਾਰੀ ਜਨਸੰਖਿਆ ਦਾ ਦਬਾਅ, ਠੀਕ ਹੈ। ਸੋ ਇਹ ਸਾਰਾ ਹੈਗਾ ਜੀ ਆਪਣਾ ਇਹ 'ਚ, ਜਨਸੰਖਿਆ ਨਾਲ ਗਰੀਬੀ ਹੁੰਦੀ ਹੈ, ਠੀਕ ਹੈ। ਬੇਰੁਜ਼ਗਾਰੀ, ਬੇਰੁਜ਼ਗਾਰੀ ਕਿਉਂ ਹੋ ਰਹੀ ਹੈ, ਠੀਕ ਹੈ। ਪੜ੍ਹੇ ਲਿਖੇ ਮਤਲਬ ਨੌਜਵਾਨ ਹੈਗੇ ਆ ਜੀ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, 10,000 ਤੇ ਲੱਗ ਰਿਹਾ। ਸੋ ਇਹ ਹੈਗਾ ਜੀ ਗਰੀਬੀ ਦੇ ਕਾਰਨ। ਹੁਣ ਕਰਦੇ ਹਾਂ ਜੀ ਨੈਕਸਟ। ਨੈਕਸਟ ਆ ਜੀ ਆਪਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖਿਆ ਬਾਰੇ ਨੋਟ, ਠੀਕ ਹੈ। ਪਰਮਾਤਮਾ ਇੱਕ ਹੈ, ਉਹ ਸਰਬ ਸ਼ਕਤੀਮਾਨ ਹੈ, ਸਾਰੇ ਮਨੁੱਖ ਇੱਕ ਪਰਮਾਤਮਾ ਦੀ ਸੰਤਾਨ ਹੈ। ਪਰਮਾਤਮਾ ਦੀ ਭਗਤੀ ਸੱਚੇ ਮਨ ਨਾਲ ਕਰਨੀ ਚਾਹੀਦੀ ਹੈ, ਮਨੁੱਖ ਨੂੰ ਸਦਾ ਨੇਕ ਕਮਾਈ ਖਾਣੀ ਚਾਹੀਦੀ ਹੈ, ਮਨੁੱਖ ਨੂੰ ਹੱਥੀਂ ਕਿਰਤ ਕਰਨੀ ਚਾਹੀਦੀ ਹੈ। ਬਹੁਤ ਸੌਖੇ ਕੁਸ਼ਚਨ ਆ, ਠੀਕ ਹੈ, ਆਂਸਰ ਆ ਇਹਦੇ। ਇਹ ਤੁਸੀਂ ਆਪਣੇ ਵੱਲੋਂ ਕਰ ਸਕਦੇ ਹੋ, ਜਾਤ ਪਾਤ ਵਿੱਚ ਫਰਕ ਨਹੀਂ ਕਰਨਾ ਚਾਹੀਦਾ। ਸੋ ਬਹੁਤ ਸੌਖੀਆਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੇ ਜੋ ਕਿ ਸਾਨੂੰ ਪਾਲਣਾ ਕਰਨੀਆਂ ਚਾਹੀਦੀਆਂ ਨੇ, ਠੀਕ ਹੈ। ਸੋ ਸਾਰਿਆਂ ਨੂੰ ਕਰਨੀਆਂ ਚਾਹੀਦੀਆਂ। ਹੁਣ ਕਰਦੇ ਆਪਾਂ ਨੈਕਸਟ। ਨੈਕਸਟ ਕੁਸ਼ਚਨ ਆ ਜੋ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ 'ਤੇ ਤਤਕਾਲੀ ਨੋਟ ਲਿਖੋ। ਖੁਸਰੋ ਜਿਹੜਾ ਸੀਗਾ ਜੀ ਜਹਾਂਗੀਰ ਦਾ ਪੁੱਤਰ, ਉਸਨੇ ਰਾਜਗੱਦੀ ਪ੍ਰਾਪਤ ਕਰਨ ਲਈ ਆਪਣੇ ਪਿਤਾ ਵਿਰੁੱਧ, ਠੀਕ ਹੈ, ਵਿਦਰੋਹ ਕਰ ਦਿੱਤਾ।
ਜਹਾਂਗੀਰ ਨੇ ਖੁਸਰੋ ਨੂੰ ਗ੍ਰਿਫਤਾਰ ਕਰਨ ਲਈ ਸੈਨਾ ਭੇਜੀ, ਪਰ ਖੁਸਰੋ ਚਲੇ ਗਿਆ ਗੋਇੰਦਵਾਲ ਵਿਖੇ, ਠੀਕ ਹੈ, ਜਿੱਥੇ ਗੁਰੂ ਜੀ ਰਹਿੰਦੇ ਹੁੰਦੇ ਸੀਗੇ, ਠੀਕ ਹੈ। ਉਹ ਗੁਰੂ ਜੀ ਦਾ ਮਾਣ ਸਤਿਕਾਰ ਕਰਦਾ ਹੁੰਦਾ ਸੀਗਾ, ਮਤਲਬ ਗੁਰੂ ਜੀ ਦਾ ਕੋਲ ਚਲੇ ਗਿਆ, ਠੀਕ ਹੈ। ਉਸ ਕਾਰਨ ਵਿਰੋਧੀਆਂ ਨੇ ਜਹਾਂਗੀਰ ਦੇ ਕੰਨ ਭਰੇ ਕਿ ਗੁਰੂ ਜੀ ਨੇ ਖੁਸਰੋ ਨੂੰ ਸ਼ਰਨ ਦਿੱਤੀ ਆ, ਅਤੇ ਖੁਸਰੋ ਇਸ ਗੱਲ ਤੋਂ ਬਹੁਤ ਬਹੁਤ ਗੁੱਸਾ ਆਇਆ ਅਤੇ ਉਹਨੇ ਗੁਰੂ ਜੀ ਉੱਤੇ ਕਰਜ਼ ਲਾ ਤਾ, ਠੀਕ ਹੈ, ਜੋ ਕਿ ਗੁਰੂ ਜੀ ਨੇ ਦੇਣ ਤੋਂ ਮਨਾ ਕਰ ਦਿੱਤਾ, ਅਤੇ ਉਹਨੂੰ ਜਹਾਂਗੀਰ ਨੇ ਸ਼ਹੀਦ ਕਰਵਾ ਦਿੱਤਾ, ਠੀਕ ਹੈ। ਉਹਨਾਂ ਨੂੰ ਸੋਰੀ ਰਿਸਪੈਕਟ ਦੇਣੀ ਚਾਹੀਦੀ ਆ। ਅਤੇ ਆਪਣਾ ਲਾਸਟ ਕੁਐਸਚਨ ਆ ਜੂ ਜੀ, ਮੰਤਰੀਆਂ ਦੀ ਸਮੂਹਿਕ ਜ਼ਿੰਮੇਵਾਰੀ ਤੋਂ ਕੀ ਭਾਵ ਹੈ, ਠੀਕ ਹੈ। ਸੋ ਮੰਤਰੀ ਮੰਡਲ ਸਮੂਹਿਕ ਤੌਰ 'ਤੇ ਸੰਸਦ ਜਾਂ ਵਿਧਾਨ ਪਾਲਿਕਾ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ। ਇਸ ਦਾ ਭਾਵ ਹੈ ਕਿ ਜੇਕਰ ਮੰਤਰੀ ਮੰਡਲ ਕੋਈ ਵੀ ਇੱਕ ਵਾਰ ਫੈਸਲਾ ਲੈਂਦਾ ਹੈ ਤਾਂ ਹਰੇਕ ਮੰਤਰੀ ਉਸ ਫੈਸਲੇ ਦੇ ਸੰਸਦ ਅੰਦਰ, ਸੰਸਦ ਤੋਂ ਬਾਹਰ, ਠੀਕ ਹੈ। ਸੋ ਇਹ ਸਾਰਾ ਤੁਸੀਂ ਪੜ੍ਹ ਲੈਣਾ ਵਾ, ਅਤੇ ਇੱਥੇ ਹੁੰਦੇ ਆ ਜੀ ਆਪਣੇ ਤਿੰਨ ਤਿੰਨ ਨੰਬਰਾਂ ਵਾਲੇ ਕੁਐਸਚਨ ਸਾਰੇ ਕੰਪਲੀਟ। ਅਤੇ ਹੁਣ ਕਰਦੇ ਹਾਂ ਜੀ ਆਪਾਂ ਨੈਕਸਟ, ਅਤੇ ਨੈਕਸਟ ਆ ਜੂ ਜੀ ਭਾਗ ਸੱਸਾ ਵੱਡੇ ਉੱਤਰਾਂ ਵਾਲੀ ਪ੍ਰੇਸ਼ਨ। ਹੇਠ ਲਿਖਿਆਂ ਵਿੱਚੋਂ 80 ਤੋਂ 100 ਸ਼ਬਦਾਂ ਦੇ ਵਿੱਚ ਆਂਸਰ ਦੇਣੇ ਆ। ਹਿਮਾਲਿਆ ਅਤੇ ਪ੍ਰਾਇਦੀਪੀ ਨਦੀਆਂ ਕਿਹੜੀਆਂ ਹਨ, ਇਹਨਾਂ ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਅੰਤਰ ਦੱਸੋ, ਜਾਂ ਫਿਰ ਕੁਦਰਤੀ ਬਨਸਪਤੀ ਨੂੰ ਕਿਹੜੇ ਭੂਗੋਲਿਕ ਤੱਤ ਪ੍ਰਭਾਵਿਤ ਕਰਦੇ ਹਨ। ਜਾਂ ਫਿਰ ਸੈਕਿੰਡ ਆ ਜੂਗਾ ਜੀ, ਆਰਥਿਕ ਅਤੇ ਅਨਾਰਥਿਕ ਕਿਰਿਆ ਵਿੱਚ ਅੰਤਰ ਦੱਸੋ, ਠੀਕ ਹੈ। ਮੌਸਮੀ ਭੁੱਖ ਅਤੇ ਮਿਆਦੀ ਭੁੱਖ ਵਿੱਚ ਭਾਵ ਕੀ ਹੈ। ਥਰਡ ਆ ਜੂ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਿਕਾਸ ਲਈ ਮਹੱਤਵਪੂਰਨ ਕਾਰਜ ਦਾ ਵਰਣਨ ਕਰੋ, ਜਾਂ ਫਿਰ ਮੁੱਢਾ ਅੰਦੋਲਨ 'ਤੇ ਵਿਸਤ੍ਰਿਤ ਨੋਟ ਲਿਖੋ, ਠੀਕ ਹੈ। ਲੋਕਤੰਤਰ ਦੇ ਰਾਹ ਵਿੱਚ ਆਉਣ ਵਾਲੀਆਂ ਮੁੱਖ ਰੁਕਟਾਵਾਂ, ਠੀਕ ਹੈ, ਦੱਸਣਾ, ਜਾਂ ਫਿਰ ਚੋਣ ਪ੍ਰਕਿਰਿਆਵਾਂ ਦੇ ਮੁੜ ਪੜਾਵਾਂ ਦਾ ਸੰਖੇਪ ਕਰਨਾ। ਚਲੋ ਦੇਖਦੇ ਹਾਂ ਜੀ ਆਪਾਂ ਕਿਹੜੇ ਕਿਹੜੇ ਕੁਐਸਚਨ ਕਰਦੇ ਹਾਂ। ਪਹਿਲਾਂ ਆਪਾਂ ਕਰ ਰਹੇ ਹਾਂ ਜੀ ਹਿਮਾਲਾਈ, ਠੀਕ ਹੈ, ਅਤੇ ਪ੍ਰਾਇਦੀਪੀ ਨਦੀਆਂ ਵਿੱਚ ਕਿਹੜੀਆਂ ਵਿਸ਼ੇਸ਼ਤਾਵਾਂ ਅਤੇ ਅੰਤਰ। ਹਿਮਾਲਿਆ ਦੇ ਨਦੀ ਤੰਤਰ ਵਿੱਚ 3 ਨਦੀਆਂ, ਠੀਕ ਹੈ, ਗੰਗਾ, ਸਿੰਧ, ਬ੍ਰਹਮਪੁੱਤਰ ਨਦੀਆਂ, ਠੀਕ ਹੈ। ਅਤੇ ਜਿਹੜੀ ਪ੍ਰਾਇਦੀਪੀ ਆ ਜੀ, ਇਹਦੇ ਵਿੱਚ ਮਹਾਵਲੀ, ਮਹਾਨਦੀ, ਗੋਦਾਵਰੀ, ਕ੍ਰਿਸ਼ਨਾ, ਕਵੇਰੀ, ਇਹ ਨਦੀਆਂ ਨੇ, ਠੀਕ ਹੈ, ਜੋ ਡੈਲਟੇ ਨੂੰ ਵੀ ਬਣਾਉਂਦੀਆਂ ਨੇ। ਹਿਮਾਲਿਆ ਨਦੀਆਂ ਵਿੱਚ ਅੰਤਰ ਦੇਖ ਲਓ, ਪਹਿਲਾਂ ਆਪਾਂ ਨੂੰ ਕੋਲਮ ਬਣਾ ਲੈਣੇ ਆ। ਸਭ ਤੋਂ ਪਹਿਲਾਂ ਜੀ ਇਹ ਪਹਾੜਾਂ 'ਚੋਂ ਨਿਕਲਦੀਆਂ ਜੀ, ਇਹ ਪਹਾੜਾਂ ਦੀਆਂ ਲੜੀਆਂ 'ਚੋਂ ਨਿਕਲਦੀਆਂ। ਇਹ ਨਦੀਆਂ ਦੇ ਜਲਤੰਤਰ ਵੱਡੇ ਹੁੰਦੇ ਆ, ਇਹਦੇ ਛੋਟੇ ਹੁੰਦੇ ਆ। ਇਹ ਨਦੀਆਂ ਸਾਰਾ ਸਾਲ ਵਗਦੀਆਂ, ਇਹ ਮੌਸਮੀ ਹੁੰਦੀਆਂ, ਠੀਕ ਹੈ। ਇਹ ਗਹਿਰੀਆਂ ਖੱਡੇ ਵਿੱਚ ਵਹਿੰਦੀਆਂ, ਠੀਕ ਹੈ। ਸੋ ਇਹ ਤੰਗ ਸੋੜੀਆਂ ਦਰਾਣਾਂ ਵਿੱਚੋਂ ਵਹਿੰਦੀਆਂ, ਠੀਕ ਹੈ। ਇਹ ਨਦੀਆਂ ਆਪਣੇ ਜਵਾਨ ਅਵਸਥਾ ਵਿੱਚ ਹਨ, ਇਹ ਬੁੱਢੀਆਂ ਅਵਸਥਾ 'ਚ ਆ, ਠੀਕ ਹੈ। ਸੋ ਹੁਣ ਕਰਦੇ ਹਾਂ ਜੀ ਆਪਾਂ ਨੈਕਸਟ ਆ ਜੀ ਕੁਦਰਤੀ ਬਨਸਪਤ ਨੂੰ ਕਿਹੜੇ ਭੂਗੋਲਿਕ ਤੱਤ ਪ੍ਰਭਾਵਿਤ ਕਰਦੇ ਆ, ਠੀਕ ਹੈ। ਸੋ ਪਹਿਲਾਂ ਤਾਂ ਕਰਦੀ ਆ ਜੀ ਭੂਮੀ, ਠੀਕ ਹੈ, ਭੂਮੀ ਦਾ ਪੁਆਇੰਟ ਪੜ੍ਹ ਲਿਓ, ਮਿੱਟੀ, ਠੀਕ ਹੈ, ਫਿਰ ਤਾਪਮਾਨ, ਫਿਰ ਸੂਰਜ ਦੀ ਰੋਸ਼ਨੀ ਦਾ ਮਿਆਦ। ਨੈਕਸਟ ਆ ਜੀ ਵਰਖਾ, ਵਰਖਾ ਤੁਸੀਂ ਦੇਖ ਸਕਦੇ ਹੋ, ਵਰਖਾ ਵੀ ਕਰਦੀ ਹੈ ਜੀ। ਸੋ ਹੁਣ ਕਰਦੇ ਹਾਂ ਜੀ ਆਪਾਂ ਨੈਕਸਟ, ਅਤੇ ਨੈਕਸਟ ਆ ਜੀ ਆਰਥਿਕ ਅਤੇ ਅਨਾਰਥਿਕ ਕਿਰਿਆ, ਅਤੇ ਦੇਖ ਲਓ ਅਨਾਰਥਿਕ ਅਤੇ ਆਰਥਿਕ ਕਿਰਿਆ ਵਿੱਚ ਅੰਤਰ, ਇਹ ਸਾਰੀਆਂ ਤੁਸੀਂ ਦੇਖ ਲੈਣੀਆਂ, ਠੀਕ ਹੈ। ਆਰਥਿਕ ਜਿਹੜੀਆਂ ਹੁੰਦੀਆਂ ਜੀ, ਜਿਹੜੀ ਆਰਥਿਕ ਸਾਨੂੰ ਦੇਣ, ਠੀਕ ਹੈ, ਅਨਾਰਥਿਕ ਜੋ ਸਾਨੂੰ ਪੈਸਾ ਨਹੀਂ ਦੇਣ, ਠੀਕ ਹੈ। ਸੋ ਨੈਕਸਟ ਦੇਖਦੇ ਹਾਂ, ਬਾਕੀ ਮੈਨੂੰ ਪਤਾ ਨਹੀਂ। ਅਤੇ ਨੈਕਸਟ ਦੇਖ ਲਓ ਜੀ ਮੌਸਮੀ ਭੁੱਖ ਅਨਾਜ ਵਾਲੀਆਂ ਫਸਲਾਂ ਦੇ ਬੀਜਣ ਅਤੇ ਕਟਾਈ ਦੇ ਚੱਕਰ ਨਾਲ ਸੰਬੰਧਿਤ ਹੁੰਦੀਆਂ, ਠੀਕ ਹੈ। ਸੋ ਇਹ ਮੌਸਮੀ ਭੁੱਖ ਅਤੇ ਮਿਆਦੀ ਭੁੱਖ ਦਾ ਵੀ ਆਂਸਰ ਤੁਸੀਂ ਦੇਖ ਲਿਓ। ਵੀਡੀਓ ਵੱਡੀ ਹੋਣੀ ਆ, ਫਿਰ ਆਪਾਂ ਜੀ ਉਹਦਾ ਵੀ ਕਰਨਾ, ਇੰਗਲਿਸ਼ ਮੀਡੀਅਮ ਦਾ ਵੀ ਸੋਲਵ। ਸੋ ਨੈਕਸਟ ਆ ਜੂ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਪੰਥ ਦੇ ਵਿਕਾਸ ਲਈ ਮਹੱਤਵਪੂਰਨ ਕਾਰਜ, ਠੀਕ ਹੈ। ਸੋ ਸਭ ਤੋਂ ਪਹਿਲਾਂ ਮੈਂ ਸੌਖੇ ਤਰੀਕੇ ਨਾਲ ਸਾਨੂੰ ਦੱਸ ਦਿੰਦਾ ਵਾਂ, ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਲਿਖੀ, ਠੀਕ ਹੈ, ਜਿਹਨੂੰ ਆਪਾਂ ਗੁਰਮੁਖੀ ਦਾ ਨਾਂ ਦਿੱਤਾ, ਠੀਕ ਹੈ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਗੁਰਬਾਣੀ ਦੀਆਂ ਪੋਥੀਆਂ ਸੰਭਾਲ ਕੇ ਗੁਰਬਾਣੀ ਇਕੱਠੀ ਕੀਤੀ, ਠੀਕ ਹੈ। ਨੈਕਸਟ ਆ ਜੀ ਉਹਨਾਂ ਨੇ ਲੰਗਰ ਪ੍ਰਥਾ ਦਾ ਵਿਸਤਾਰ
ਪ੍ਰਚਾਰ ਕੀਤਾ। ਠੀਕ ਹੈ, ਨੈਕਸਟ ਆ ਜਾਓ ਜੀ, ਉਹਨਾਂ ਨੇ ਲੰਗਰ ਸੰਗਤ ਪ੍ਰਥਾ 'ਚ ਹੋਰ ਵਿਕਸਿਤ ਕੀਤੀ। ਠੀਕ ਹੈ, ਅਤੇ ਉਹਨਾਂ ਨੇ ਕਸਰਤ ਅਤੇ ਕੁਸ਼ਤੀ ਦੀ ਸਿਖਲਾਈ ਦੇਣੀ ਅਖਾੜਾ ਤਿਆਰ ਕੀਤਾ। ਠੀਕ ਹੈ, ਜਿਹਨੂੰ ਮੱਲ ਅਖਾੜਾ ਕਿਹਾ ਜਾਂਦਾ ਸੀ। ਗੁਰੂ ਅੰਗਦ ਦੇਵ ਜੀ ਨੇ ਗੋਬਿੰਦਵਾਲ ਸ਼ਹਿਰ ਵਿਛਾਇਆ। ਨੈਕਸਟ ਹੈਗਾ ਜੀ ਆਪਣਾ, ਗੁਰੂ ਜੋਤ ਸਮਾਉਣ ਸਮੇਂ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਠੀਕ ਹੈ, ਜਿਹਨਾਂ ਨੇ ਬਹੁਤ ਸਾਰੇ ਮਹੱਤਵਪੂਰਨ ਕਦਮ ਸੀ ਚੁੱਕੇ। ਸੋ ਹੁਣ ਕਰਦੇ ਹਾਂ ਜੀ ਨੈਕਸਟ, ਨੈਕਸਟ ਆ ਜੋ ਜੀ ਮੁੰਡਾ ਅੰਦੋਲਨ 'ਤੇ ਵਿਸਤ੍ਰਿਤ ਨੋਟ। ਅੰਗਰੇਜ਼ਾਂ ਦੌਰਾਨ ਬਣਾਏ ਗਏ ਕਾਨੂੰਨ ਵਣ ਵਾਸੀਆਂ ਨੂੰ ਜੰਗਲ ਅਤੇ ਜੀਵਨ, ਸੋ ਇਹ ਮੁੰਡਾ ਨੋਟ ਤੁਸੀਂ ਦੇਖ ਲਿਓ ਕਾਹਦੇ ਬਾਰੇ ਆ। ਠੀਕ ਹੈ, ਸੋ ਜੇ ਜੋ ਮੇਰੇ ਕੋਲ ਫਰੀ ਟਾਈਮ ਹੋਊਗਾ ਮੈਂ ਵੀ ਪੜ੍ਹੂੰਗਾ, ਨਿਊ ਜਾਣਕਾਰੀ ਲੈਣੀ ਚਾਹੀਦੀ ਆਪਾਂ ਨੂੰ। ਸੋ ਇੱਥੇ ਹੋ ਜਾਂਦਾ ਜੀ ਆਪਣਾ ਖਤਮ। ਨੈਕਸਟ ਆ ਜਾਓ ਜੀ ਲੋਕਤੰਤਰ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ। ਠੀਕ ਹੈ, ਸੋ ਨੈਕਸਟ ਦੇਖ ਲਓ ਖੇਤਰਵਾਦ। ਠੀਕ ਹੈ, ਨੈਕਸਟ ਆ ਜਾਓ ਜੀ ਜਾਤੀਵਾਦ ਸੰਪਰਦਾਇਕਤਾ, ਅਤੇ ਨੈਕਸਟ ਆ ਜਾਓ ਜੀ ਅਨਪੜ੍ਹਤਾ ਗਰੀਬੀ ਬਿਮਾਰੀ। ਠੀਕ ਹੈ, ਇਹ ਆਉਂਦੀਆਂ ਜੀ ਲੋਕਤੰਤਰ ਦੇ ਵਿੱਚ ਰੁਕਾਵਟਾਂ, ਇਹ ਤੁਸੀਂ ਚੈੱਕਆਊਟ ਕਰ ਲਿਓ। ਅਤੇ ਹੁਣ ਕਰਦੇ ਹਾਂ ਜੀ ਆਪਾਂ ਨੈਕਸਟ, ਨੈਕਸਟ ਆ ਜੀ ਚੋਣ ਪ੍ਰਕਿਰਿਆਵਾਂ ਦੇ ਮੁੱਖ ਪੜਾਵਾਂ ਦਾ ਸੰਖੇਪ ਵਰਣਨ ਕਰੋ। ਅਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਚੋਣ ਖੇਤਰ ਨਿਰਧਾਰਿਤ ਕਰਨਾ। ਠੀਕ ਹੈ, ਸੋ ਪਹਿਲਾਂ ਤਾਂ ਆਪਾਂ ਨੂੰ ਚੋਣ ਖੇਤਰ ਜਿੱਥੇ ਚੋਣਾਂ ਹੋਣੀਆਂ ਵਾ ਉੱਥੇ ਆਪਾਂ ਨੂੰ ਚੋਣ ਕਮਿਸ਼ਨ ਨੇ ਅਧਾਰਿਤ ਕਰਨਾ, ਚੋਣਾਂ ਦੀਆਂ ਮਿਤੀਆਂ ਘੋਸ਼ਣ ਕਰਨੀਆਂ। ਚੋਣ ਕਮਿਸ਼ਨ ਹੈਗੀ ਹੈ ਜੋ ਆਪਣੀ ਮਿਤੀ ਤਿਆਰ ਕਰਦੀ ਆ ਗਵਰਨਰ ਤੋਂ ਰਾਸ਼ਟਰਪਤੀ ਨੂੰ ਨੋਟੀਫਿਕੇਸ਼ਨ ਲੈ ਕੇ। ਨੈਕਸਟ ਆ ਜੂ ਜੀ ਨਾਮਜ਼ਦਗੀ ਪੱਤਰ। ਠੀਕ ਹੈ, ਜਿਹੜਾ ਬੰਦਾ ਵੋਟਾਂ, ਅਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਨਾਮਗਜ਼ਦੀ ਪੱਤਰ ਵਾਪਸ ਲੈਣਾ। ਠੀਕ ਹੈ, ਸੋ ਵਾਪਸ ਵੀ ਲੈ ਲੈਣਾ ਫਿਰ। ਠੀਕ ਹੈ, ਅਤੇ ਨੈਕਸਟ ਆ ਜੂ ਜੀ ਚੋਣਾਂ ਮੁਹਿੰਮ, ਚੋਣਾਂ ਦਾ ਮੁਹਿੰਮ ਕਰਨਾ, ਮਤਲਬ ਜਿਹੜੇ ਆਪਾਂ ਕਰਦੇ ਹਾਂ ਇਹਨੂੰ ਵੋਟ ਦਿਉ ਜੀ ਉਹਨੂੰ ਵੋਟ ਦਿਉ ਜੀ, ਚੋਣ ਗੱਡੀਆਂ ਚੱਲਣ ਜਾਂਦੀਆਂ ਜੀ, ਚੋਣਾਂ ਬੰਦ ਕਰਨੀਆਂ। ਠੀਕ ਹੈ, ਚੋਣਾਂ ਦਾ ਪ੍ਰਚਾਰ 48 ਘੰਟੇ ਮਤਲਬ 2 ਘੰਟੇ ਨੂੰ ਪਹਿਲਾਂ ਬੰਦ ਕਰਨਾ ਪੈਂਦਾ ਵਾ। ਵੋਟਾਂ ਪੈਣੀਆਂ, ਫਿਰ ਜੀ ਵੋਟਾਂ ਪੈਂਦੀਆਂ ਪੋਲਿੰਗ ਬੂਥ ਦੇ ਵਿੱਚ, ਫਿਰ ਗਿਣਤੀ ਕੀਤੀ ਜਾਂਦੀਆਂ, ਫਿਰ ਨਤੀਜੇ ਕੱਢੇ ਜਾਂਦੇ ਆ। ਠੀਕ ਹੈ, ਸੋ ਇੱਥੇ ਹੁੰਦਾ ਜੀ ਆਪਣਾ ਖਤਮ। ਹੁਣ ਦੇਖਦੇ ਹਾਂ ਜੀ ਨੈਕਸਟ, ਨੈਕਸਟ ਆ ਜੀ ਆਪਣੇ ਕੋਲ ਸਰੋਤ ਆਧਾਰਿਤ ਕੁਐਸਚਨਸ, ਜਿਵੇਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਠੀਕ ਹੈ, ਸੋ ਇਹ ਆਪਣਾ ਹੈਗਾ ਜੀ, ਇਹਦੇ ਵਿੱਚ ਕੁਐਸਚਨ ਦੇਖ ਲਓ, ਇਹ ਸਾਰਾ ਤੁਸੀਂ ਪੜ੍ਹ ਲੈਣਾ ਵਾ। ਠੀਕ ਹੈ, ਸੋ 4 ਨੰਬਰਾਂ ਦਾ ਆਈ ਥਿੰਕ ਹੋਊਗਾ ਜੀ ਤੁਹਾਨੂੰ। ਹਾਂ, 4 ਨੰਬਰਾਂ ਦਾ ਬਾਅਦ ਪਹਿਲਾਂ ਤਾਂ ਹੈਗਾ ਜੀ ਛੁਪੀ ਬੇਰੁਜ਼ਗਾਰੀ ਤੋਂ ਤੁਸੀਂ ਕੀ ਸਮਝਦੇ ਹੋ, ਅਨਿੱਛਕ ਬੇਰੁਜ਼ਗਾਰੀ, ਇੱਛੁਕ ਬੇਰੁਜ਼ਗਾਰੀ, ਅੰਤਰ ਸਪੱਸ਼ਟ ਕਰੋ, ਪੂਰਨ ਰੁਜ਼ਗਾਰ ਤੋਂ ਕੀ ਭਾਵ ਹੈ, ਸੰਘਾ ਇਹ ਜਿਹੜਾ ਹੈਗਾ ਵਾ ਦੇਖ ਲਿਓ। ਅਤੇ ਆਪਾਂ ਕਰਦੇ ਹਾਂ ਜੀ ਆਂਸਰ। ਉਹ ਭਰਾਵਾ 1 ਨੰਬਰ ਦਾ ਇੰਨਾ ਵੱਡਾ ਲਿਖਤਾ ਯਾਰ ਤੁਸੀਂ, ਸੋ ਇਹ ਜਿਹੜਾ ਜੀ ਹੈਗਾ ਇੰਨਾ ਵੱਡਾ ਵੱਡਾ ਤੁਸੀਂ ਨਹੀਂ ਲਿਖਣਾ। ਸੋ ਜੋ ਪੁੱਛਿਆ ਹੋਇਆ ਬਸ ਉਹਦੇ ਬਾਰੇ ਲਿਖਣਾ। 1 ਨੰਬਰ ਦਾ ਨੋਟ ਆ, ਨਾ ਕਿ 5 ਨੰਬਰ ਦਾ ਨੋਟ ਆ, ਸੋਰੀ 3 ਨੰਬਰ ਦਾ ਨੋਟ ਆ। ਇਹ 3 ਨੰਬਰ ਵਾਲੀ ਕੁਐਸਚਨ ਲਿਖਤੇ ਬਾਈ ਨੇ, ਜਿਹਨੇ ਸਾਨੂੰ ਇਹ PDF ਭੇਜੀ ਆ। ਸੋ ਹੁਣ ਕਰਦੇ ਹਾਂ ਜੀ ਆਪਾਂ ਨੈਕਸਟ, ਉਸ ਤੋਂ ਬਾਅਦ ਆ ਜਾਣਗੇ ਜੀ ਆਪਣੇ ਕੋਲ 4 ਨੰਬਰ ਦੇ ਮੈਪ। ਸੋ ਚਲੋ ਆਪਾਂ ਕਰਦੇ ਹਾਂ ਜੀ ਹੁਣ ਇਹ ਪੂਰਾ। ਸੋ ਪਹਿਲਾਂ ਤਾਂ ਹੈਗਾ ਜੀ ਆਪਣਾ ਕੀ ਕਹਿੰਦੇ ਆ ਭਾਰਤ ਦਾ ਗੁਆਂਢੀ ਟਾਪੂ ਦੇਸ਼ ਕਿਹੜਾ। ਠੀਕ ਹੈ ਜੀ, ਕਾਰੂਕਰਮ। ਠੀਕ ਹੈ, ਅਤੇ ਟਾਪੂ ਇਹ ਸ਼੍ਰੀਲੰਕਾ ਜੀ, ਜਿਵੇਂ ਸਾਰਿਆਂ ਨੂੰ ਪਤਾ ਆ, ਜਾਲਪੇ ਦਰਾ। ਠੀਕ ਹੈ, ਗੋਡਵੇਨਾਸਟੀਨ। ਠੀਕ ਹੈ ਜੀ, ਹੋਊਗੀ ਆਪਣੀ ਕੰਚਨਜੰਗਾ ਨੈਸ਼ਨਲ ਪਾਰਕ, 200 ਤੋਂ ਵੱਧ ਸੈਂਟੀਮੀਟਰ ਵਰਖਾ ਪੈਣ ਵਾਲੇ ਖੇਤਰ। ਠੀਕ ਹੈ, ਰਾਵੀ ਨਦੀ। ਠੀਕ ਹੈ, ਬੋਲਾਨ ਦਰਾ, ਟੋਚੀ ਦਰਾ, ਬਿਆਸ ਨਦੀ, ਗੋਮਲ ਦਰਾ, ਖੈਬਰ ਦਰਾ। ਚਲੋ ਦੇਖਦੇ ਹਾਂ ਜਿਹੜਾ ਹੈਗਾ ਜੀ ਆਪਣਾ ਕੀ ਕਹਿੰਦੇ ਆ ਇੰਡੀਆ ਦਾ ਮੈਪ। ਸੋ ਇਹਦੇ ਵਿੱਚ ਗੋਡਵੇਨਾਸਟੀਨ, ਠੀਕ ਹੈ, ਕਾਮਕਰਨ ਲੇਕ ਸੀਗੀ ਸ਼ਾਇਦ, ਪਤਾ ਕੀ ਸੀ ਦੇਖ ਲੈਣਾ, ਅਤੇ ਜੇਲ ਪਪਾਸ। ਠੀਕ ਹੈ, ਸੋ ਇਹਦੇ ਵਿੱਚ 200 ਤੋਂ ਵੱਧ ਸੈਂਟੀਮੀਟਰ ਪਾਣੀ ਮਤਲਬ ਇੱਥੇ ਪੈਂਦੀ ਹੈ ਜੀ ਵਰਖਾ। ਸੋ ਨੈਕਸਟ ਹੈਗਾ ਜੀ ਆਪਣਾ ਕੰਚਨਜੰਗਾ, ਇੱਥੇ ਆ ਜੀ ਤੁਸੀਂ ਦੇਖ ਸਕਦੇ ਹੋ। ਬਸ ਤੁਹਾਨੂੰ ਕੁਛ ਨਹੀਂ ਕਰਨਾ ਯਾਰ, ਜਿਹਦੇ ਵਿੱਚ ਐਵੇਂ ਡੰਡੇ ਪਾਏ ਹੋਏ ਆ ਤੁਸੀਂ ਬਸ ਉੱਥੇ ਜੀ ਡੋਟ ਕੋਈ ਸਿੰਬਲ ਬਣਾ ਲੈਣਾ ਅਤੇ ਉਹਦੇ ਬਾਰੇ ਕਰ ਦੇਣਾ। ਠੀਕ ਹੈ, ਸ਼੍ਰੀਲੰਕਾ ਜੀ ਆ ਰਿਹਾ ਜੀ ਆਪਣਾ ਟਾਪੂ ਦੇਸ਼। ਠੀਕ ਹੈ, ਸੋ ਇਹ ਹੋ ਗਿਆ ਜੀ, ਹੁਣ ਕਰਦੇ ਹਾਂ ਜੀ ਨੈਕਸਟ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਖੈਬਰ ਪਾਸ ਹੈਗਾ ਜੀ ਇੱਧਰ ਨੂੰ। ਠੀਕ ਹੈ, ਟੋਚੀ ਪਾਸ ਵੀ ਹੈਗਾ ਜੀ ਇੱਧਰ ਨੂੰ,
ਅਤੇ ਉਸ ਤੋਂ ਬਾਅਦ ਆ ਜੂਗਾ ਜੀ ਆਪਣਾ ਬੋਲਮ ਪਾਸ। ਬੋਲਮ ਪਾਸ ਜੀ ਹੈਗਾ ਜੀ ਆਪਣਾ ਇੱਧਰ ਨੂੰ, ਜਿਵੇਂ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਅਤੇ ਜਿਹੜੀ ਆਪਣੀ ਰਾਵੀ ਆ ਉਹ ਜਾਂਦੀ ਹੈ ਜੀ ਐਵੇਂ, ਸੋ ਥੋੜ੍ਹਾ ਜਿਹਾ ਐਵੇਂ ਕਰਕੇ ਐਵੇਂ ਕਰਕੇ ਐਵੇਂ ਕਰਕੇ, ਠੀਕ ਹੈ। ਸੋ ਇੱਧਰ ਨੂੰ ਲੈ ਜਾਣੀ ਆ। ਅਤੇ ਜਿਹੜੀ ਹੁੰਦੀ ਹੈ ਜੀ ਆਪਣੀ ਬਿਆਸ, ਬਿਆਸ ਨੂੰ ਤੁਸੀਂ ਬਸ ਥੋੜ੍ਹਾ ਜਿਹਾ ਇੱਦਾਂ ਕਰਕੇ ਅਤੇ ਇੱਧਰ ਨੂੰ ਐਂ ਕਰਕੇ ਲੈ ਜਾਣੀ ਆ। ਅਤੇ ਬਸ ਥੋੜ੍ਹਾ ਜਿਹਾ ਥੋੜ੍ਹਾ ਮੋਟਾ ਫਰਕ ਨਹੀਂ ਹੁੰਦਾ ਇਹਦੇ ਵਿੱਚ। ਸੋ ਤੁਹਾਨੂੰ ਮਿਲ ਜਾਣੇ ਆ ਨੰਬਰ। ਸੋ ਹੁਣ ਕਰਦੇ ਹਾਂ ਜੀ ਆਪਾਂ ਨੈਕਸਟ ਨਾ, ਹੁਣ ਅਸੀਂ ਕਰਾਂਗੇ ਜੀ ਇੰਗਲਿਸ਼ ਮੀਡੀਅਮ ਦੇ ਵਿੱਚ ਸੋਲਵ। ਚਲੋ ਕਰਦੇ ਹਾਂ ਜੀ। ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਪਾਰਟ ਆਫ ਪਲੇਨਸ, ਠੀਕ ਹੈ। ਸੋ ਕੀ ਹੈਗਾ ਜੀ ਖਿਆਲ, ਠੀਕ ਹੈ। ਸੋ ਨੈਕਸਟ ਆ ਜੂ ਜੀ ਵਿਚ ਸਿਟੀ ਅਮੰਗ ਦਾ ਫੋਲੋਇੰਗ ਇਟਸ ਮੈਕਸੀਮਮ ਐਵਰੇਜ ਰੇਨਫੋਲ, ਠੀਕ ਹੈ। ਸੋ ਮੈਂ ਸੀਮ ਰਾਮ। ਨੈਕਸਟ ਆ ਜੂ ਜੀ ਆਪਣਾ ਪ੍ਰੋਡਕਸ਼ਨ ਆ ਜੂਗੀ ਜੀ ਨੈਕਸਟ 'ਚ, ਫਿਰ ਆ ਜੂ ਜੀ ਪ੍ਰਾਇਮਰੀ, ਫਿਰ ਆ ਜੂ ਜੀ ਬਿਹਾਰ, ਫਿਰ ਆ ਜੂ ਜੀ ਹੰਗਰ। ਆਪਾਂ ਜਲਦੀ ਤੋਂ ਜਲਦੀ ਸੋਲਵ ਕਰ ਦਿੰਦੇ ਹਾਂ ਜੀ। ਵਟ ਇਜ਼ ਜਜ਼ੀਆ ਟੈਕਸ ਆ ਜੀ ਇੱਕ, ਇਹ ਹੈਗਾ ਜੀ ਰਿਲੀਜੀਅਸ ਟੈਕਸ। ਨੈਕਸਟ ਹੈਗਾ ਜੀ ਜੀ ਇਨ ਵਿੱਚ ਆਫ ਫੋਰਟ ਜਹਾਂਗੀਰ, ਠੀਕ ਹੈ, ਇੰਪ੍ਰੈਸਡ ਗੁਰੂ ਹਰਗੋਬਿੰਦ ਸਿੰਘ ਜੀ, ਠੀਕ ਹੈ। ਗਵਾਲੀਅਰ ਦਾ ਕਿਲਾ, ਸੋਰੀ ਕਿਲਾ ਕਹੀ ਜਾਂਦਾ ਫੋਰਟ। ਅਤੇ ਨੈਕਸਟ ਆ ਜੂ ਜੀ ਨੈਪੋਲੀਅਨ ਕਰਾਊਂਡ ਹਿਮਸੈਲਫ ਦਾ ਅੰਪਾਇਰ ਆਫ ਫਰਾਂਸ ਇਨ 1804, ਠੀਕ ਹੈ, 1804। ਨੈਕਸਟ ਆ ਜੂ ਜੀ ਇਹ ਤੁਸੀਂ ਸਾਰਾ ਕੁਛ ਚੈੱਕਆਊਟ ਕਰ ਲਿਓ, ਠੀਕ ਹੈ। ਆਪਾਂ ਜਲਦੀ ਤੋਂ ਜਲਦੀ ਕਰ ਲੈਂਦੇ ਹਾਂ। ਨੈਕਸਟ ਆ ਜੂ ਜੀ ਡੈਸ਼ ਡਿਸਟ੍ਰਿਕਟ ਲੀ ਸੋਰੀ ਅਲੰਗ ਦਾ ਇੰਟਰਨੈਸ਼ਨਲ ਬਾਰਡਰ ਆਫ ਪੰਜਾਬ, ਠੀਕ ਹੈ। ਸੋ ਇਹਦਾ ਆਂਸਰ ਆ ਜੂ ਜੀ 6 ਮਤਲਬ ਆਪਣੇ ਜ਼ਿਲ੍ਹੇ ਹੈਗੇ ਆ ਜਿਹੜੇ ਡਿਵਾਈਡ ਕਰਦੇ ਆ ਜੀ। ਪੰਜਾਬ ਇਜ਼ ਨੋਨ ਐਜ਼ ਅ ਫੂਡ ਬਾਸਕਿਟ ਆਫ ਕੰਟਰੀ, ਆਹੀ ਮੈਂ ਸੋਚ ਰਿਹਾ ਸੀਗਾ ਜੀ ਕਿ ਉੱਥੇ ਪੰਜ ਦਰਿਆਵਾਂ ਦੀ ਧਰਤੀ ਨਹੀਂ ਆਉਣਾ। ਸੋ ਇਹਦੇ ਵਿੱਚ ਆ ਜੂਗਾ ਜੀ ਆਪਣਾ ਫੂਡ ਬਾਸਕਿਟਸ ਮੀਨਸ ਅਨਾਜ ਦੀ ਟੋਕਰੀ, ਹੈ ਨਾ। ਨੈਕਸਟ ਆ ਜੂ ਜੀ ਪੈਂਟਾ ਮੀਨਸ 5 ਅਤੇ ਪੋਟਮੀਆ ਮੀਨਸ ਵਾਟਰ ਬੜੀ, ਠੀਕ ਹੈ। ਸੋ ਨੈਕਸਟ ਆ ਜੂ ਜੀ ਦਾ ਸਮਾਲੈਸਟ ਯੂਨਿਟ ਆਫ ਐਡਮਿਨਿਸਟ੍ਰੇਸ਼ਨ ਡਰਨਿੰਗ ਦਾ ਚੌਲਸ ਰੀਜਨ ਵਾਜ ਵਿਲੇਜ, ਠੀਕ ਹੈ, ਪਿੰਡ। ਸੋ ਉੱਥੇ ਉਰ ਕਾਹਤੋਂ ਲਿਖਿਆ ਸੀ, ਪੰਜਾਬੀ 'ਚ ਉਰ ਕਹਿੰਦੇ ਹੋਣਗੇ। ਸੋ ਦੇਖ ਲਿਓ, ਸੋ ਮੈਂ ਕਮੈਂਟ ਸੈਸ਼ਨਾਂ 'ਚ ਕਰਨਾ ਹੀ ਪੈਣਾ ਮੈਨੂੰ ਸ਼ਾਇਦ। ਨੈਕਸਟ ਆ ਜੂ ਜੀ ਅਤੇ ਜਿਵੇਂ ਆਪਾਂ ਉਸ ਵੇਲੇ ਕਿਹਾ ਸੀਗਾ ਜੀ ਰਾਵੀ ਬਿਆਸ ਐਂਡ ਸਤਲੁਜ ਆਰ ਪਨਮਲ ਰਿਵਰਸ, ਠੀਕ ਹੈ। ਸੋ ਇਹਦਾ ਆਂਸਰ ਆ ਜੂ ਜੀ ਸਹੀ, ਅਤੇ ਐਜੂਕੇਟਡ ਅਨਪਲੋਇਮੈਂਟ ਪ੍ਰੀਵਰਸ ਮੋਰ ਐਂਡ ਵਿਲੇਜ, ਠੀਕ ਹੈ। ਨਹੀਂ ਜੀ ਇਹਦਾ ਆਂਸਰ ਗਲਤ ਆ ਜੀ। ਦਾ ਔਥਰ ਆਫ ਦਾ ਬੁੱਕ ਸੋਸ਼ਲ ਕੰਟਰੈਕਟ ਇਜ਼ ਐਡਮ ਸਮਿਥ, ਇਹਦਾ ਆਂਸਰ ਹੈਗਾ ਜੀ ਗਲਤ। ਸੋਸ਼ਲਾਈਜ਼ਡ ਅਤੇ ਸੋਸ਼ਲਿਸਟ ਅਤੇ ਸੈਕੂਲਰ ਐਂਡ ਇਹ ਸਾਰਾ ਜਿਹੜਾ ਹੈਗਾ ਜੀ ਆਪਣਾ ਹੈਗਾ ਜੀ ਸਹੀ। ਨੈਕਸਟ ਦੇਖਦੇ ਹਾਂ ਜੀ ਵਟ ਡਸ ਦਾ ਬਿਸਟ ਮੀਨ ਇਨ ਟਰਮ ਬਿਸਟ ਦੁਆਬ, ਠੀਕ ਹੈ। ਦਾ ਏਰੀਆ ਬਿਟਵੀਨ ਬਿਆਸ ਐਂਡ ਸਤਲੁਜ, ਸਤਲੁਜ ਲਿਖਣੇ ਭੁੱਲ ਗਏ, ਚਲੋ ਕੋਈ ਨਹੀਂ। ਵਟ ਇਜ਼ ਦਾ ਮੀਨਿੰਗ ਆਫ ਪਵਰਟੀ ਲਾਈਨ, ਠੀਕ ਹੈ। ਸੋ ਹੈਗਾ ਜੀ ਮੈਥਡ ਟੂ ਮਿਸ਼ੋਰ ਦਾ ਮਿਨੀਮਮ ਇਨਕਮ ਰਿਕੁਆਇਰਡ ਟੂ ਸੈਟਿਸਫਾਈ ਬੇਸਿਕ ਨੀਡਸ ਆਫ ਲਾਈਫ, ਠੀਕ ਹੈ। ਨੈਕਸਟ ਆ ਜੂ ਜੀ ਵਟ ਵਾਜ਼ ਦਾ ਦੁਮਾ, ਠੀਕ ਹੈ, ਰਸ਼ੀਅਨ ਪਾਰਲਾਮੈਂਟ। ਨੈਕਸਟ ਹੈਗਾ ਜੀ ਇਨ ਵਿੱਚ ਪਾਰਟ ਆਫ ਕੋਨਸਟੀਟਿਊਸ਼ਨ ਫੰਡਾਮੈਂਟਲ ਰਾਈਟਸ ਆਰ ਇਨਕਰਪਟਡ, ਠੀਕ ਹੈ। ਸੋ ਆਰਟੀਕਲ 12 ਤੋਂ 25 ਤੱਕ ਇਹ ਆਪਾਂ ਕੀਤਾ ਸੀ ਕਿ ਨਹੀਂ, ਸੋ ਇੰਨਾ ਯਾਦ ਨਹੀਂ ਹੁਣ। ਸੋ ਨੈਕਸਟ ਆ ਜੂ ਜੀ ਵਟ ਸੀਜ਼ਨਲ ਚੋਇਸ, ਠੀਕ ਹੈ, ਚੋਇਸ ਕਹੀ ਜਾਂਦਾ, ਠੀਕ ਹੈ। ਸੋ ਸਾਰਾ ਇਹ ਤੁਸੀਂ ਪੜ੍ਹ ਲਿਓ, ਠੀਕ ਹੈ, ਕਿਹੜੇ ਕਿਹੜੇ ਕੁਸ਼ਚਨ ਦਾ ਆਪਾਂ ਸਿੱਧਾ ਸਿੱਧਾ ਆਂਸਰ ਦੇਖਦੇ ਹਾਂ, ਠੀਕ ਹੈ। ਸੋ ਚਲੋ ਕਰਦੇ ਹਾਂ ਜੀ, ਸਾਰੇ ਕੁਸ਼ਚਨ ਆਂਸਰ ਤੁਸੀਂ ਦੇਖ ਲਿਓ। ਨੈਕਸਟ ਆ ਜੂ ਜੀ ਆਪਣੇ ਕੋਲ ਸੋਰਸ ਬੇਸਡ ਕੁਸ਼ਚਨ ਤਾਂ ਤੁਸੀਂ ਕਰ ਹੀ ਲੈਣੇ ਆ। ਫਿਰ ਆ ਜੂ ਜੀ ਆਪਣੇ ਕੋਲ ਮੈਪ। ਸੋ ਹੁਣ ਆਪਾਂ ਸਿੱਧਾ ਜੀ ਆਂਸਰ ਦੇਖਦੇ ਹਾਂ। ਸਲਿਊਸ਼ਨਸ ਦੇਖ ਲਓ ਜੀ, ਪਹਿਲੇ 'ਤੇ ਆ ਜੂ ਜੀ ਸੈਕਸ਼ਨ ਸੀ ਦੇ, ਠੀਕ ਹੈ। ਸੋ ਚੋਸ ਦੇ ਕੀ ਆ ਜੀ ਆਂਸਰ, ਚੋਜ਼ ਆਰ ਦਾ ਸੀਜ਼ਨਲ ਡਰੇਨਸ ਵਿੱਚ ਡਿਸਟ
ਸੋ ਟਾਈਮ ਆਪਣਾ ਜ਼ਿਆਦਾ ਵੇਸਟ ਹੋਊਗਾ, ਤੁਸੀਂ ਇਹ ਸਾਰਾ ਕੁਛ ਚੈੱਕਆਊਟ ਕਰ ਲਿਓ, ਠੀਕ ਹੈ? ਨਹੀਂ ਤਾਂ ਮੈਂ ਫੜ ਦੇਣੇ ਸੀਗੇ ਜੇ ਆਪਣੇ ਕੋਲ ਟਾਈਮ ਜ਼ਿਆਦਾ ਹੁੰਦਾ। ਅਤੇ ਨੈਕਸਟ ਆ ਜੂ ਜੀ, ਵਟ ਇਜ਼ ਅ ਗ੍ਰੀਨ ਰੈਵੋਲਿਊਸ਼ਨ, ਠੀਕ ਹੈ, ਗ੍ਰੀਨ ਰੈਵੋਲਿਊਸ਼ਨ ਦੇ ਬਾਰੇ ਦੱਸ ਦੇਣਾ ਵਾ। ਅਤੇ ਫੇ ਆਜੂਗੀ ਜੀ ਆਪਣਾ ਆਪਣਾ ਕੁਸ਼ਚਨਸ ਦਾ ਹੀ ਪਤਾ ਲੱਗ ਗਿਆ। ਅਤੇ ਨੈਕਸਟ ਆ ਜੂ ਜੀ, ਵਿਟ ਡੂ ਯੂ ਨੋ ਅਬਾਊਟ ਦਾ ਟੀਚਿੰਗ ਆਫ ਗੁਰੂ ਨਾਨਕ ਦੇਵ ਜੀ, ਠੀਕ ਹੈ। ਸੋ ਇਹਦੇ ਬਾਰੇ ਦੇਖ ਦੇਣਾ ਜੀ, ਗੋਡ ਇਜ਼ ਵਨ, ਠੀਕ ਹੈ, ਵੀ ਆਲ ਆਰ ਦਾ ਚਿਲਡਰਨ ਆਫ ਵਨ ਗੋਡ, ਠੀਕ ਹੈ, ਸੋ ਇੱਕ ਗੋਡ ਹੈ, ਸੋ ਇਹ ਦੇਖ ਲੈਣਾ। ਅਤੇ ਨੈਕਸਟ ਆ ਜੂ, ਵਟ ਆ ਦਾ ਇਮੀਡੀਏਟ ਕੋਜ਼ ਆਫ ਸ਼੍ਰੀ ਗੁਰੂ ਅਰਜਨ ਦੇਵ ਜੀ ਮਾਰਟੀਰਮ, ਠੀਕ ਹੈ। ਸੋ ਇਹ ਸਾਰਾ ਦੇਖ ਲੈਣਾ ਖੁਸਰੋ ਬਾਰੇ ਆ, ਅਤੇ ਇਹ ਸਾਰਾ ਤੁਸੀਂ ਪੜ੍ਹ ਲਿਓ। ਅਤੇ ਹੁਣ ਆਪਾਂ ਅੱਗੇ ਅੱਗੇ ਵਧੀ ਜਾਂਦੇ ਹਾਂ। ਸੋ ਤੁਹਾਨੂੰ ਆਂਸਰ ਆਪਾਂ ਦਿਖਾਉਣੇ ਨੇ, ਲੌਂਗ ਕੁਸ਼ਚਨ ਆਂਸਰ ਜਿਵੇਂ ਤੁਸੀਂ ਦੇ ਸਕਦੇ ਹੋ। ਹਿਮਾਲਿਆ ਅਤੇ ਇਹ ਕਿਹੜਾ ਕੁਸ਼ ਦੇਖ ਲਿਓ ਕਿਹੜਾ ਵਾ, ਅਤੇ ਇਕਨੋਮਿਕ ਐਕਟੀਵਿਟੀਜ਼ ਅਤੇ ਨੋਨ ਇਕਨੋਮਿਕ ਐਕਟੀਵਿਟੀਜ਼ ਬਾਰੇ ਅੰਤਰ, ਠੀਕ ਹੈ, ਡਿਫਰੈਂਸ ਬਿਟਵੀਨ, ਠੀਕ ਹੈ। ਸੋ ਹੁਣ ਕਰਦੇ ਹਾਂ ਜੀ ਨੈਕਸਟ। ਨੈਕਸਟ ਆ ਜੀ ਲੌਂਗ ਕੁਸ਼ਚਨ ਆਂਸਰਸ, ਠੀਕ ਹੈ। ਸਟੈਂਡਰਡ ਗੁਰਮੁਖੀ ਸਕ੍ਰਿਪਟ, ਠੀਕ ਹੈ, ਜਿਨ੍ਹਾਂ ਨੇ ਬਣਾਈ ਸੀਗੀ ਗੁਰੂ ਅੰਗਦ ਦੇਵ ਜੀ ਨੇ, ਠੀਕ ਹੈ। ਸੋ ਸਾਰਾ ਇਹਦੇ ਵਿੱਚ ਲਿਖਿਆ ਹੈ ਜੀ, ਐਗਜ਼ੈਂਪਲੇਸ਼ਨ ਆਫ ਲੰਗਰ ਸਿਸਟਮ, ਸੰਗਤ ਸਿਸਟਮ, ਸਟ੍ਰੈਸ ਆਫ ਫਿਜ਼ੀਕਲ ਡਿਵੈਲਪਮੈਂਟ, ਅਤੇ ਫਾਊਂਡਰ ਆਫ ਗੋਇੰਦਵਾਲ ਸ਼ਹਿਰ, ਠੀਕ ਹੈ। ਸੋ ਹੋਰ ਦੇਖਦੇ ਹਾਂ, ਹੋਰ ਹੈਗਾ ਜੀ ਲੌਂਗ ਕੁਸ਼ਚਨ ਆਂਸਰ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਕੰਟਰੀਬਿਊਸ਼ਨ, ਇਹ ਆਪਾਂ ਹੁਣੀ ਤਾਂ ਕੀਤਾ ਸੀ। ਚਲੋ ਹੁਣ ਆ ਗਏ ਜੀ ਆਪਣੇ ਮੈਪ। ਸੋ ਮੈਪ ਤੁਸੀਂ ਦੇਖ ਸਕਦੇ ਹੋ ਜੀ ਆਪਣੇ ਕੋਲ ਗੋਡਵਿਨ ਆਨਸਟੀਨ ਆਜੂ ਜੀ ਇੱਥੇ, ਕੰਚਨਜੰਗਾ ਵੀ ਆਜੂ ਆਪਣਾ ਇੱਥੇ, ਠੀਕ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਹੋਇਆ ਵਾ, ਐਵੇਂ ਨਿਸ਼ਾਨ ਪਾਉਣ ਦੀ ਕੋਈ ਲੋੜ ਨਹੀਂ, ਸਾਨੂੰ ਇੱਕ ਸਿੰਬਲ ਬਣਾ ਲੈਣਾ ਵਾ ਕੋਈ ਵੀ, ਠੀਕ ਹੈ। ਇਹਦੇ ਨਾਲ ਦੱਸੋ ਕੀ ਹੁੰਦਾ ਜਾਂਦਾ ਵਾ, ਇਹਦੇ ਨਾਲ ਸਾਡੇ ਨੰਬਰ ਘੱਟ ਹੋ ਜਾਂਦੇ ਆ। ਆਪਾਂ ਸਿੱਧਾ ਬਸ ਇੱਥੇ ਕਿ ਟਾਂਗਾ ਲਾਇਆ, ਜੇ ਇੱਥੇ ਖੋਵੇ ਫਿਰ ਕੀ ਬਣੂਗਾ, ਠੀਕ ਹੈ। ਸੋ ਇਸ ਲਈ ਆਪਾਂ ਨੂੰ ਇੱਕ ਬਣਾ ਲੈਣੀ ਚਾਹੀਦੀ ਆ ਆਪਣੇ ਨੂੰ ਸਿੰਬਲ, ਠੀਕ ਹੈ। ਜਿਵੇਂ ਮੈਂ ਪਾਤਾ ਜੀ ਆਹ ਹੈਸ਼ ਜਿਹਾ, ਠੀਕ ਹੈ। ਹੁਣ ਜਿਵੇਂ ਗੋਡਵਿਨ ਆਨਸਟੀਨ ਇੱਥੇ ਆ, ਹੁਣ ਮੈਂ ਇੱਥੇ ਪਾ ਜੂੰਗਾ ਜੀ ਹੈਸ਼ ਹੈਸ਼ ਹਰ ਜਗ੍ਹਾ, ਹੈਸ਼ 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 ਇੱਥੇ, ਫਿਰ ਮੈਂ ਇੱਥੇ ਲਿਖ ਦੂੰਗਾ ਜੀ ਗੋਡਵਿਨ ਆਨਸਟੀਨ। ਇਹਦੇ ਨਾਲ ਸਾਡੇ ਨੰਬਰ ਮਿਲਣ ਦੇ ਚਾਂਸਿਸ ਬਹੁਤ ਜ਼ਿਆਦਾ ਵੱਧ ਜਾਂਦੇ ਆ, ਠੀਕ ਹੈ। ਸੋ ਐਵੇਂ ਤੁਸੀਂ ਕਰਿਆ ਕਰੋ। ਅਤੇ ਜਿਵੇਂ ਇੱਥੇ ਆ ਗਿਆ ਜੀ ਕੰਚਨਜੰਗਾ, ਠੀਕ ਹੈ, ਅਤੇ ਇੱਥੇ ਆ ਗਿਆ ਜੀ ਆਪਣਾ ਜੀਲਿਪਸ ਕੀ ਪਾਸ, ਸੋ ਇਹ ਦੇਖ ਲਿਓ। ਅਤੇ ਇੱਥੇ ਹੈਗਾ ਜੀ ਨੇਬਰ ਆਈਸਲੈਂਡ ਕੰਟਰੀ, ਠੀਕ ਹੈ। ਸੋ ਨੈਕਸਟ ਦੇਖਦੇ ਹਾਂ, ਉਸ ਤੋਂ ਬਾਅਦ ਆਜੂ ਜੀ ਉਹੀ ਆਪਣਾ ਬਾਲਮ ਪਾਸ, ਖੈਬਰ ਪਾਸ, ਟੋਚੀ ਪਾਸ, ਠੀਕ ਹੈ, ਫਿਰ ਬਿਆਸ ਰਿਵਰ, ਰਾਵੀ ਰਿਵਰ। ਸੋ ਇੱਥੇ ਹੁੰਦਾ ਜੀ ਆਪਣਾ ਪੇਪਰ ਖਤਮ। ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਰ ਦਿਓ, ਚੈਨਲ ਕਰ ਦਿਓ ਸਬਸਕ੍ਰਾਈਬ। ਚਲੋ ਦੋਸਤੋ, ਚੰਗਾ, ਬਾਏ।